ਪਲਟ ਗਿਆ ਸਕੂਲੀ ਬੱਚਿਆਂ ਦੇ ਨਾਲ ਭਰਿਆ ਹੋਇਆ ਢੋ। ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਇੱਕ ਬੱਚਾ। ਇੱਕ ਇਸ ਆਟੋ ਦੇ ਵਿੱਚ 7 ਬੱਚੇ ਸਵਾਰ ਸਨ। ਡਰਾਈਵਰ ਤੇਜ਼ੀ ਦੇ ਨਾਲ ਇਸ ਆਟੋ ਨੂੰ ਚਲਾ ਰਿਹਾ ਸੀ। ਬਾਈਕ ਦੇ ਨਾਲ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਇਹ ਆਟੋ ਪਲਟ ਜਾਂਦਾ ਹੈ। ਦਰਅਸਲ ਲਾਈਟਾਂ ਪਾਰ ਕਰਨ ਦੇ ਲਈ ਕਾਹਲੀ ਦੇ ਵਿੱਚ ਇਸ ਆਟੋ ਵਾਲੇ ਨੇ ਬੱਚਿਆਂ ਦੀ ਜਾਨ ਖਤਰੇ ਦੇ ਵਿੱਚ ਪਾ ਦਿੱਤੀ ਹੈ। ਤਾਂ ਤੁਹਾਡੇ ਬੱਚੇ ਜਿਹੜੇ ਆਟੋਆਂ ਦੇ ਵਿੱਚ ਬੈਠ ਕੇ ਸਕੂਲ ਜਾਂਦੇ ਨੇ, ਤਾਂ ਤੁਸੀਂ ਦੇਖ ਲਵੋ ਕਿ ਕਿੰਨੀ ਕੁ ਜ਼ਿੰਮੇਵਾਰੀ ਦੇ ਨਾਲ ਤੁਹਾਡੇ ਬੱਚਿਆਂ ਨੂੰ ਇਹ ਸਕੂਲ ਪਹੁੰਚਾਉਂਦੇ ਨੇ ਆਟੋ ਵਾਲੇ। ਕਿਉਂਕਿ ਆਟੋ ਦਾ ਹਾਲ ਦੇਖੋ ਕਿਵੇਂ ਪੂਰਾ ਅੰਦਰੋਂ ਟੁੱਟ ਗਿਆ ਇਹ ਆਟੋ। ਅੰਦਰ ਜਿਹੜੇ ਬੱਚੇ ਸਨ, ਹਰੇਕ ਬੱਚੇ ਦੇ ਸੱਟ ਲੱਗੀ ਹੈ। ਹਾਲਾਂਕਿ ਡਰਾਈਵਰ ਵੀ ਜ਼ਖਮੀ ਹੋਇਆ ਹੈ, ਪਰ ਤੁਸੀਂ ਦੇਖ ਸਕਦੇ ਹੋ ਕਿ ਆਟੋ ਵਾਲੇ ਦੀ ਗਲਤੀ ਕਰਕੇ ਇੱਕ ਬੱਚਾ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ICU ਦੇ ਵਿੱਚ ਭਰਤੀ ਹੈ, ਉਹਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਯਮੁਨਾਨਗਰ ਤੋਂ, ਗੁਆਂਢੀ ਸੂਬੇ ਤੋਂ ਹੀ ਇਹ ਖਬਰ ਸਾਹਮਣੇ ਆਈ ਹੈ। ਬੀਤੇ ਦਿਨਾਂ ਦੇ ਵਿੱਚ ਮਹਿੰਦਰਗੜ੍ਹ, ਹਰਿਆਣਾ ਦੇ ਮਹਿੰਦਰਗੜ੍ਹ ਤੋਂ ਸਾਹਮਣੇ ਆਈ ਸੀ ਇੱਕ ਖਬਰ, ਜਿਸ ਦੇ ਵਿੱਚ ਸਕੂਲੀ ਬੱਸ ਦਾ ਡਰਾਈਵਰ ਦਾਰੂ ਪੀ ਕੇ ਬੱਸ ਚਲਾ ਰਿਹਾ ਸੀ। ਉਸਨੇ ਦਰਖਤ ਦੇ ਵਿੱਚ ਦੇ ਕੇ ਬੱਸ ਮਾਰੀ, ਜਿਸ ਕਾਰਨ 6 ਬੱਚਿਆਂ ਦੀ ਮੌਤ ਹੋ ਗਈ ਸੀ। ਤਾਂ ਜਿਸ ਤੋਂ ਬਾਅਦ ਹਾਲਾਂਕਿ ਹਰਿਆਣਾ ਪੁਲਿਸ ਅਤੇ ਹਰਿਆਣਾ ਸਰਕਾਰ ਲਗਾਤਾਰ ਸਕੂਲੀ ਬੱਸਾਂ ਦੀ ਜਾਂਚ ਕਰ ਰਹੀ ਹੈ, ਪਰ ਉਸ ਦੇ ਨਾਲ ਨਾਲ ਹੀ ਇਹ ਹੁਣ ਫਿਰ ਹਰਿਆਣਾ ਦੇ ਯਮੁਨਾਨਗਰ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਆਟੋ ਦੇ ਵਿੱਚ ਸਵਾਰ ਸਨ 7 ਬੱਚੇ। ਆਟੋ ਵਾਲਾ ਕਾਫੀ ਤੇਜ਼ੀ ਦੇ ਨਾਲ ਜਾ ਰਿਹਾ ਸੀ, ਅਚਾਨਕ ਉਸਦਾ ਆਟੋ ਪਲਟ ਜਾਂਦਾ ਹੈ ਅਤੇ ਇੱਕ ਬੱਚਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ। ਬਾਕੀ ਨਿੱਕੇ ਨਿੱਕੇ ਨਿਆਣਿਆਂ ਦੇ ਵੀ ਸੱਟ ਲੱਗੀ ਹੈ, ਪਰ ਇੱਕ ਬੱਚਾ ਜਿਸ ਦੀ ਕਿ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਰੈੱਡ ਲਾਈਟ ਜੰਪ ਕਰ ਰਿਹਾ ਸੀ ਇਹ ਆਟੋ ਵਾਲਾ, ਜਿਸ ਸਮੇਂ ਹਾਦਸਾ ਹੋਇਆ ਮੂਹਰਿਓਂ ਬਾਈਕ ਆ ਗਈ ਸੀ। ਬਾਈਕ ਵਾਲੇ ਨੂੰ ਬਚਾਉਣ ਦੇ ਚੱਕਰ 'ਚ ਪੂਰਾ ਆਟੋ ਹੀ ਪਲਟ ਗਿਆ। ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਿਹੜੇ ਕਿ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ ਅਤੇ ਜਿਹੜਾ ਆਟੋ ਵਾਲਾ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਾਂ ਹੁਣ ਮਹਿੰਦਰਗੜ੍ਹ ਤੋਂ ਬਾਅਦ ਯਮੁਨਾਨਗਰ ਦੇ ਵਿੱਚ ਸਕੂਲੀ ਬੱਚਿਆਂ ਦੇ ਨਾਲ ਹਾਦਸਾ ਹੋਇਆ ਹੈ। ਵੱਡੀ ਖਬਰ ਹੈ ਕਿਉਂਕਿ ਲੋਕ ਆਪਣੇ ਨਿੱਕੇ ਨਿੱਕੇ ਨਿਆਣਿਆਂ ਦੀ ਜ਼ਿੰਮੇਵਾਰੀ ਇਹਨਾਂ ਆਟੋ ਵਾਲਿਆਂ ਅਤੇ ਬੱਸਾਂ ਵਾਲਿਆਂ 'ਤੇ ਛੱਡ ਦਿੰਦੇ ਨੇ, ਪਰ ਇਹ ਉਸ ਜ਼ਿੰਮੇਵਾਰੀ ਦੇ ਨਾਲ ਬੱਸ ਨਹੀਂ ਚਲਾਉਂਦੇ, ਆਟੋ ਨਹੀਂ ਚਲਾਉਂਦੇ। ਕਿਉਂਕਿ ਮਹਿੰਦਰਗੜ੍ਹ ਤੋਂ ਹੀ ਖਬਰ ਸਾਹਮਣੇ ਆਈ ਕਿ ਉਹ ਦਾਰੂ ਪੀ ਕੇ ਪੂਰੀ ਭਰੀ ਹੋਈ ਬੱਸ ਬੱਚਿਆਂ ਦੀ ਲੈ ਕੇ ਜਾ ਰਿਹਾ ਸੀ। ਹਾਦਸਾ ਹੋਇਆ, 6 ਬੱਚਿਆਂ ਦੀ ਮੌਤ ਹੋ ਗਈ। ਬਾਅਦ ਦੇ ਵਿੱਚ ਜ਼ਿੰਮੇਵਾਰ ਕੌਣ ਹੋਵੇਗਾ ਕਿ ਪਹਿਲਾਂ ਹੀ ਜੇਕਰ ਇਹ ਆਟੋ ਵਾਲੇ ਜਿਹੜੇ ਕੋਈ ਵੀ ਭਾਵੇਂ ਰਿਕਸ਼ੇ ਵਾਲਾ ਹੋਵੇ, ਬੱਗੀ ਵਾਲਾ ਹੋਵੇ, ਜਿਹੜੇ ਲੋਕ ਬੱਚਿਆਂ ਨੂੰ ਸਕੂਲ ਪਹੁੰਚਾਉਂਦੇ ਨੇ, ਜਿਹੜੇ ਡਰਾਈਵਰ ਬੱਚਿਆਂ ਨੂੰ ਸਕੂਲ ਪਹੁੰਚਾਉਂਦੇ ਨੇ, ਉਹ ਜ਼ਰੂਰ ਇਸ ਗੱਲ ਦਾ ਧਿਆਨ ਰੱਖਣ ਕਿ ਤੁਹਾਡੇ ਮਗਰ ਫਿਊਚਰ ਬੈਠਾ ਹੈ। ਕਈ ਲੋਕਾਂ ਦੇ ਘਰਾਂ ਦਾ ਚਿਰਾਗ ਬੈਠੇ ਨੇ, ਤਾਂ ਕਰਕੇ ਧਿਆਨ ਨਾਲ ਚਲਾਇਆ ਕਰੋ ਗੱਡੀਆਂ, ਆਟੋ ਅਤੇ ਬੱਸਾਂ, ਕਿਉਂਕਿ ਬੱਚਿਆਂ ਦੀ ਜਾਨ ਬਹੁਤ ਕੀਮਤੀ ਹੈ। ਨਿੱਕੇ ਨਿੱਕੇ ਨਿਆਣੇ, ਹਾਲੇ ਉਹਨਾਂ ਨੇ ਪੂਰੀ ਜ਼ਿੰਦਗੀ ਦੇਖਣੀ ਸੀ ਆਪਣੀ। ਮਹਿੰਦਰਗੜ੍ਹ ਜਿੱਥੇ ਹਾਦਸਾ ਹੋਇਆ, 6 ਬੱਚਿਆਂ ਦੀ ਜਾਨ ਚਲੀ ਗਈ, ਅਤੇ ਹੁਣ ਫਿਰ ਇੱਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਇੱਕ ਬੱਚਾ, ਇੱਕ ਸਕੂਲੀ ਵਿਦਿਆਰਥੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਇਧਰ ਸੇ ਮੋਟਰਸਾਈਕਲ ਵਾਲਾ ਬੀਚ ਮੈਂ ਵੱਟ ਗਿਆ, ਉਸਨੇ ਮੋਟਰਸਾਈਕਲ ਕੋ ਬਚਾਣੇ ਕੇ ਚੱਕਰ ਮੈਂ ਅਗਲੀ ਗਾੜੀ ਪਲਟ ਗਈ। ਕਿਆ ਬੱਚੇ ਥੇ, ਕਿਆ ਥਾ ਸਕੂਲ? 7 ਬੱਚੇ ਥੇ ਇਸਮੇ ਸਕੂਲ ਕੇ। ਛੋਟੇ ਕਿਧਰੋਂ ਕੋ ਲੱਗੇ? ਓ ਇੱਕ ਇੱਕ ਹੀ ਬੱਚੇ ਕੋ ਚੋਟ ਲੱਗੀ। ਜ਼ਿਆਦਾ ਚੋਟ ਮੇਰੇ ਹਿਸਾਬ ਨਾਲ ਤੋ ਖਤਮ ਹੀ ਆ। ਇਹ ਇੱਕ ਜੋ ਆਟੋ ਹੈ ਉਹ ਰੈੱਡ ਲਾਈਟ ਮੇ ਜੰਪ ਕਰ ਰਿਹਾ ਥਾ, ਉਧਰ ਸੇ ਜ਼ੋਮੈਟੋ ਵਾਲਾ ਆਇਆ, ਤੋ ਇਨਕੇ ਆਪਸ ਮੇ ਟੱਕਰ ਹੋ ਚੁੱਕੀ ਹੋਗੀ। ਇੱਕ ਬੜੀ ਲਾਪਰਵਾਹੀ ਪਹਿਲੇ ਮਹਿੰਦਰਗੜ੍ਹ ਮੇ ਥੀ, ਦੂਸਰੀ ਯਮੁਨਾਨਗਰ। ਹਾਂਜੀ, ਇਹ ਆਟੋ ਵਾਲੇ ਕੀ ਲਾਪਰਵਾਹੀ ਹੈ, ਸਰਸਰ ਲਾਪਰਵਾਹੀ ਹੈ। ਕਿੰਨੇ ਬੱਚੇ ਥੇ? ਛੋਟੇ ਬੱਚੇ ਉਸਕੇ ਅੰਦਰ, 6 ਬੱਚੇ ਥੇ। ਛੋਟੇ ਕਿਤਨੇ ਕੋ ਲੱਗੇ? ਛੋਟੇ ਛੋਟੀ ਬੁੱਟੀ ਚੋਟ ਹੈ, ਇੱਕ ਬੱਚਾ ਥੋੜਾ ਜ਼ਿਆਦਾ ਹੈ ਛੋਟਾ। ਸਰ ਕੌਣ ਸੇ ਸਕੂਲ ਕੇ ਥੇ? ਐਸਡੀ ਪਬਲਿਕ ਸਕੂਲ ਕੇ। ਕਿਆ ਕੁਛ ਕਾਰਵਾਈ ਬਣਤੀ ਹੈ? ਕਾਰਵਾਈ